ਮੇਰਾ ਨਾਮ ਹਰਚਰਨ ਸਿੰਘ ਹੈ। ਤੁਸੀਂ ਪੇਰੈਂਟਸ ਮੀਟਿੰਗ ਤੇ ਆਏ ਹੋ ਜੀ? ਹਾਂਜੀ। ਕੌਣ ਤੁਹਾਡਾ, ਕੌਣ ਖੜੀ ਕਰਦਾ? ਮੇਰਾ ਬੇਟਾ ਇੱਥੇ ਪਲੱਸ ਟੂ। ਕਿਵੇਂ ਦੇਖਦੇ ਜੋ ਅੱਜ ਜਿਹੜੀ ਅਧਿਆਪਕ ਅਤੇ ਪੇਰੈਂਟਸ ਮਿਲਣੀ ਆ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਉਪਰਾਲ ਹੈ ਜੀ ਇਹ, ਤਾਂ ਮਤਲਬ ਤਕਰੀਬਨ ਹਰ ਮਹੀਨੇ ਇਸ ਤਰ੍ਹਾਂ ਦਾ ਇੱਕ ਅੱਧਾ ਇਵੈਂਟ ਹੋ ਗਈ, ਅਤੇ ਇਹਦੇ ਨਾਲ ਬੱਚਿਆਂ ਬਾਰੇ, ਟੀਚਰ ਦਾ ਬਾਰੇ ਜੋ ਜਾਂ ਸਕੂਲ ਬਾਰੇ ਪੇਰੈਂਟਸ ਨੂੰ ਪਤਾ ਲੱਗਦਾ ਆ, ਬੱਚਿਆਂ ਨੂੰ ਵੀ ਇਹਨਾਂ ਹੁੰਦਾ ਕਿ ਸਾਡੇ ਪਿੱਛੇ ਪੈਰਵਾਈ ਹੋ ਰਹੀ ਹੈ ਇਸ ਚੀਜ਼ ਦੀ, ਅਤੇ ਵਧੀਆ ਉਪਰਾਲਾ ਹੋਣਾ ਚਾਹੀਦਾ। ਸਕੂਲ ਹੈ ਕਿਸ ਤਰ੍ਹਾਂ ਦੇਖ ਜਾਓ, ਸਕੂਲ ਦਾ ਵਾਤਾਵਰਨ ਦੇਖਣ ਵਿੱਚ ਆ ਰਿਹਾ ਕਿ ਅੱਛਾ ਹੈ, ਕੀ ਕਹਿਣਾ ਚਾਹੋ? ਵਾਤਾਵਰਨ ਬਹੁਤ ਫਰੈਂਡਲੀ ਹੈ ਇਸ ਟਾਈਮ, ਦੇਖ ਰਹੇ ਹਾਂ ਕਿ ਪਹਿਲਾਂ ਨਾਲੋਂ ਬਿਲਡਿੰਗ ਦੇ ਵਿੱਚ ਵੀ ਬਹੁਤ ਸੁਧਾਰ ਆ, ਅਤੇ ਬਾਕੀ ਜੋ ਮਾਹੌਲ ਚਾਲ ਸਕੂਲ ਦਾ ਉਹ ਵੀ ਦੇਖ ਰਹੇ ਹਾਂ ਕਿ ਸਾਰੇ ਟੀਚਰ ਕੋਆਪਰੇਟਿਵ ਨੇ, ਮਤਲਬ ਜੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਬੱਚੇ ਦੁਬਾਰਾ ਪੁੱਛਦੇ, ਅਤੇ ਸਪੋਰਟ ਕੀਤੀ ਜਾਂਦੀ ਹਰ ਤਰ੍ਹਾਂ ਦੀ। ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੋ ਪ੍ਰੈਫਰੈਂਸ ਰੱਖੇ ਗਏ ਸਨ, ਸਟੱਡੀ ਅਤੇ ਸਿਹਤ, ਸੋ ਕਿਸ ਤਰ੍ਹਾਂ ਦੇਖਦੇ ਜੋ ਜਿਹੜਾ ਉਪਰਾਲਾ ਕੀਤਾ ਗਿਆ ਹੈ? ਇਹ ਤਾਂ ਵੇਖੋ ਜੀ, ਸਰਕਾਰਾਂ ਸਮੇਂ ਸਮੇਂ 'ਤੇ ਜਿਹੜੀਆਂ ਆਪਣੇ ਤਰੀਕੇ ਨਾਲ ਕਰਦੀਆਂ ਨੇ, ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਆਪਣੇ ਤਰੀਕੇ ਨਾਲ ਕੁਛ ਕੀਤਾ ਹੈ, ਜੋ ਹੁਣ ਹੋ ਰਿਹਾ ਉਹ ਵੀ ਇਹਦੇ ਨਾਲ ਬਿਹਤਰ, ਅਤੇ ਜੋ ਸਕੂਲ ਦਾ ਸਟਾਫ ਜੋ ਕਰਦਾ ਪਿਆ, ਮੈਂ ਤਾਂ ਉਹ ਬਿਹਤਰ ਸਮਝਦਾ ਕਿ ਉਹ ਸਟਾਫ ਜਿਹੜਾ ਉਹ ਕਰ ਰਿਹਾ ਬਹੁਤ ਵਧੀਆ ਤਰੀਕੇ ਨਾਲ। ਇਹ ਹਾਂਜੀ ਭੈਣ ਜੀ, ਕੀ ਨਾਮ ਤੁਹਾਡਾ? ਹਰਜਿੰਦਰ ਕੌਰ। ਹਰਜਿੰਦਰ ਕੌਰ ਜੀ, ਅੱਜ ਇੱਥੇ ਪੁੱਜੇ ਜੋ, ਕੌਣ ਪੜ੍ਹਦਾ ਤੁਹਾਡਾ ਇੱਥੇ? ਦਲਜੀਤ ਕੌਰ। ਤੁਹਾਡੀ ਬੇਟੀ ਆ? ਹਾਂਜੀ। ਕੀ ਕਹਿਣਾ ਚਾਹੋਗੇ ਜਿਹੜਾ ਪੇਰੈਂਟਸ ਡੇ ਤੇ ਮੀਟਿੰਗ ਰੱਖੀ ਗਈ ਆ? ਹਾਂਜੀ, ਵਧੀਆ, ਇਹ ਤਾਂ ਬਹੁਤ ਵਧੀਆ ਕੀਤਾ ਗਿਆ ਬੱਚਿਆਂ ਵਾਸਤੇ, ਉਸ ਤਰ੍ਹਾਂ ਬੱਚੇ ਪੜ੍ਹਦੇ। ਮੈਡਮ ਠੀਕ ਹੈ? ਸਕੂਲ ਦਾ ਵਾਤਾਵਰਨ ਕਿਵੇਂ ਦਾ ਲੱਗਦਾ? ਬਹੁਤ ਵਧੀਆ। ਗੱਲ ਕੀਤੀ ਜਾਵੇ ਜਿਵੇਂ ਸਕੂਲੇ ਬੱਚੇ ਜਾਂਦੇ ਨੇ, ਸੋ ਇਹ ਇੱਕ ਉਪਰਾਲਾ ਹੋ ਸਕਦਾ ਕਿ ਬੱਚਿਆਂ ਦੀਆਂ ਕਮੀਆਂ ਅਤੇ ਜਿਹੜੀ ਮਤਲਬ ਮੋਟੀਵੇਸ਼ਨ ਹੈ ਅਧਿਆਪਕ ਦੱਸਦੇ ਨੇ, ਸੋ ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ, ਇਹ ਤਾਂ ਫਿਰ ਬੱਚਿਆਂ ਵਾਸਤੇ ਆਪ ਨੂੰ ਚਾਹੀਦਾ, ਆਪ ਮਾਂ ਪਿਓ ਵੀ ਠੀਕ ਰਹਿੰਦਾ, ਪੜ੍ਹੋ ਲਿਖੋ, ਪੜ੍ਹਾਈ ਕੰਮ ਆਉਂਦੀ, ਮੈਡਮਾਂ ਸਰ ਵੀ ਤਾਂ ਚਲੋ ਪੜ੍ਹਾਉਂਦੇ ਹੀ ਆ, ਬੱਚਿਆਂ ਵਾਸਤੇ ਚਾਹੀਦਾ। ਜੀ ਭੈਣ ਜੀ, ਕੀ ਨਾਮ ਤੁਹਾਡਾ ਜੀ? ਮਨਜੀਤ ਕੌਰ। ਇਹ ਅੱਜ ਇੱਥੇ ਪੁੱਜੇ ਜੋ, ਕੌਣ ਪੜ੍ਹਦਾ ਤੁਹਾਡਾ ਇੱਥੇ? ਇੱਥੇ ਮੇਰਾ ਬੇਟਾ ਪੜ੍ਹਦਾ। ਕੀ ਕਹਿਣਾ ਚਾਹੋਗੇ ਅੱਜ ਜਿਹੜਾ ਮੀਟਿੰਗ ਦਾ ਆਯੋਜਨ ਕੀਤਾ ਗਿਆ? ਬਹੁਤ ਵਧੀਆ ਕੀਤਾ ਇਹਨਾਂ ਨੇ, ਪਹਿਲਾਂ ਵੀ ਪਹਿਲਾਂ ਵੀ ਕੀਤੀ ਸੀਗੀ ਇਹਨਾਂ ਨੇ ਮੀਟਿੰਗ, ਪਰ ਬਹੁਤ ਅੱਛਾ ਉਪਰਾਲਾ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਵਾ ਜੋ ਅਖਬਾਰਾਂ ਦੇ ਵਿੱਚ ਪਬਲਿਸ਼ ਕਰਕੇ ਇਸ ਵਾਰ ਦੱਸਿਆ ਗਿਆ, ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਵਧੀਆ, ਪੜ੍ਹਾਈ ਵੀ ਬਹੁਤ ਅੱਛੀ ਹੈ, ਟੀਚਰਸ ਬਹੁਤ ਅੱਛੇ ਹੈ। ਗੱਲ ਕੀਤੀ ਜਾਵੇ, ਜ਼ਿਆਦਾਤਰ ਮਾਪਿਆਂ ਦੀ ਸੋਚ ਹੁੰਦੀ ਹੈ ਕਿ ਸਾਡੇ ਜਿਹੜੇ ਬੱਚੇ ਨੇ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਨ, ਸੋ ਕੀ ਕਹਿਣਾ ਚਾਹੋਗੇ ਤੁਹਾਡਾ ਬੱਚਾ ਸਰਕਾਰੀ ਸਕੂਲ 'ਚ ਕਿਵੇਂ ਪੜ੍ਹ ਰਿਹਾ ਜੀ? ਬਹੁਤ ਵਧੀਆ ਪੜ੍ਹਾਈ ਹੈ, ਅਸੀਂ ਖੁਦ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਬੱਚੇ ਸਰਕਾਰੀ ਸਕੂਲ ਪਾਏ। ਹਾਂਜੀ, ਇੱਥੇ ਆਏ ਜੋ, ਕੀ ਕਰਨ ਆਏ ਜੋ? ਬੱਚਿਆਂ ਬਾਰੇ ਮੀਟਿੰਗ ਸੀ ਅੱਜ। ਹਾਂਜੀ, ਕੀ ਕਹਿਣਾ ਚਾਹੋਗੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਵੱਲੋਂ ਬਹੁਤ ਵਧੀਆ ਧੰਨਵਾਦ ਜਿਹੜਾ ਇਹ ਮਤਲਬ ਕੀਤਾ ਗਿਆ। ਕੌਣ ਪੜ੍ਹਦਾ ਤੁਹਾਡਾ ਇੱਥੇ? ਅਰਸ਼ਦੀਪ ਪੜ੍ਹਦਾ। ਜ਼ਿਆਦਾਤਰ ਦੇਖਿਆ ਜਾਵੇ ਤਾਂ ਮਾਪੇ ਪ੍ਰਾਈਵੇਟ ਸਕੂਲਾਂ ਨੂੰ ਪ੍ਰੈਫਰ ਦਿੰਦੇ ਆ ਕਿ ਉੱਥੇ ਅਸੀਂ ਨਿਆਣੇ ਪੜ੍ਹਾਈਏ, ਜ਼ਿਆਦਾ ਪੜ੍ਹਾਈ ਹੁੰਦੀ, ਸੋ ਗੋਇੰਦਵਾਲ ਸਾਹਿਬ ਸਕੂਲ ਬਾਰੇ ਕੀ ਕਹਿਣਾ ਚਾਹੁੰਦੇ ਜੋ? ਅਸੀਂ ਇੱਥੇ ਇਹੋ ਕਹਿਣਾ ਚਾਹੁੰਦੇ ਕਿ ਬਹੁਤ ਸਿੱਖਿਆ ਵਧੀਆ ਮਿਲਦੀ ਹੈ, ਬਹੁਤ ਟੀਚਰ ਵਧੀਆ, ਬਹੁਤ ਵਧੀਆ ਪੜ੍ਹਾਉਂਦੇ। ਹਾਂਜੀ ਸਰ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਗੁਰਪ੍ਰਤਾਪ ਸਿੰਘ ਹੈ ਜੀ। ਮੈਂ ਇਸ ਸਕੂਲ ਵਿੱਚ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਲੈਕਚਰਰ ਦੇ ਤੌਰ 'ਤੇ ਕੰਮ ਕਰ ਰਿਹਾ, ਅਤੇ ਦੂਜੇ ਨੰਬਰ 'ਤੇ ਹਾਂ, ਵਾਈਸ ਪ੍ਰਿੰਸੀਪਲ ਦੀ ਵੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ। ਕੀ ਕਹਿਣਾ ਚਾਹੋਗੇ ਜਿਹੜਾ ਪੇਰੈਂਟਸ ਟੀਚਰ ਮੀਟਿੰਗ ਦਾ ਸਰਕਾਰ ਵੱਲੋਂ ਇੱਕ ਵਾਰ ਫਿਰ ਉਪਰਾਲਾ ਕੀਤਾ ਗਿਆ, ਅਤੇ ਕਿਵੇਂ ਦਾ ਤੁਹਾਨੂੰ ਅਧਿਆਪਕਾਂ ਵੱਲੋਂ ਜਾਂ ਮਾਪਿਆਂ ਵੱਲੋਂ ਸਹਿਯੋਗ, ਕੀ ਕਹਿਣਾ ਚਾਹੋਗੇ? ਮਾਂ ਬਾਪ ਬਹੁਤ ਖੁਸ਼ ਨੇ ਜੀ, ਕਿਉਂਕਿ ਇਹੋ ਹੀ ਇੱਕ ਈਵੈਂਟ ਹੁੰਦੀ ਹੈ, ਮੌਕਾ ਹੁੰਦਾ ਵਾ ਜਦੋਂ ਉਹ ਆਪਣੇ ਬੱਚਿਆਂ ਦੇ ਬਾਰੇ ਸਕੂਲੋਂ ਜੋ ਉਹਨਾਂ ਦੇ ਅਧਿਆਪਕ ਸਹਿਮਾਨ ਨੇ ਉਹਨਾਂ ਕੋਲ ਪੁੱਛ ਸਕਦੇ ਆ, ਉਹਨਾਂ ਕੋਲ ਇਨਕੁਆਇਰ ਕਰ ਸਕਦੇ ਆ ਕਿ ਉਹਨਾਂ ਦਾ ਬੱਚਾ ਕੀ ਕਰ ਰਿਹਾ, ਉਹ ਪੜ੍ਹਾਈ ਦੇ ਵਿੱਚ ਕਿਸ ਤਰ੍ਹਾਂ ਚੱਲ ਰਿਹਾ। ਬੜਾ ਵਧੀਆ ਉਪਰਾਲਾ, ਇਹ ਹੁੰਦੇ ਰਹਿਣੇ ਚਾਹੀਦੇ ਆ, ਅਤੇ ਜਿਹੜੇ ਪੇਰੈਂਟਸ ਆ ਰਹੇ ਨੇ ਉਹ ਮੇਰਾ ਖਿਆਲ ਹੈ ਕਿ ਕਾਫੀ ਸੈਟਿਸਫਾਈ ਹੋ ਕੇ ਜਾ ਰਹੇ ਨੇ। ਉਸ ਤਰ੍ਹਾਂ ਵੀ ਸਾਡਾ ਸਕੂਲ ਜਿਹੜਾ ਵਾ ਇਲਾਕੇ ਵਿੱਚ ਨਹੀਂ, ਪੂਰੇ ਜ਼ਿਲ੍ਹੇ ਦੇ ਵਿੱਚ ਸਾਨੂੰ ਮਾਣ ਆ ਕਿ ਨੰਬਰ 1 'ਤੇ ਹੀ ਆ ਲਗਭਗ। ਸੋ ਬਿਲਡਿੰਗ ਵੱਲੋਂ ਵੀ ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਨੇ, ਬਿਲਡਿੰਗ ਸਾਡੀ ਬਿਲਕੁਲ ਡਬਲ ਸਟੋਰੀ ਬਣੀ ਹੋਈ ਹੈ, ਅਤੇ ਅਧਿਆਪਕ ਸਾਹਿਬਾਨ ਵੀ ਸਾਡੇ ਕੋਲ ਲਗਭਗ ਪੂਰੇ ਹੀ ਨੇ, ਅਤੇ ਉਹ ਬੜੀ ਜੀ ਤੋੜ ਮਿਹਨਤ ਕਰ ਰਹੇ ਆ। ਸਾਡੇ ਪ੍ਰਿੰਸੀਪਲ ਮੈਡਮ ਬਹੁਤ ਹੀ ਇੰਟਰਸਟ ਲੈ ਰਹੇ ਆ ਕਿ ਕੋਈ ਵੀ ਕੰਮ ਜਿਹੜਾ ਵਾ ਉਹ ਅਧੂਰਾ ਨਾ ਰਹੇ, ਹਰ ਪੱਖ ਤੋਂ ਬੱਚਿਆਂ ਦੇ ਵਾਸਤੇ, ਉਹਨਾਂ ਦੇ ਹਿੱਤ ਦੇ ਵਾਸਤੇ ਜੋ ਕੁਝ ਵੀ ਸਰਦਾ ਬਣਦਾ ਵਾ, ਜੋ ਕੁਝ ਵੀ ਸਾਡੀ ਜ਼ਿੰਮੇਵਾਰੀ, ਉਹਨੂੰ ਤਹਿ ਦਿਲੋਂ ਨਿਭਾਇਆ ਜਾਵੇ। ਹਾਂਜੀ ਮੈਮ, ਕੀ ਨਾਮ ਤੁਹਾਡਾ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਰਮਜੀਤ ਹੈ ਔਰ ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਇੰਦਵਾਲ ਦੇ ਵਿੱਚ ਐਜ਼ ਆ ਪ੍ਰਿੰਸੀਪਲ ਸੇਵਾ ਨਿਭਾ ਰਹੀ ਹਾਂ। ਅੱਜ ਜਿਹੜਾ ਪੇਰੈਂਟਸ ਟੀਚਰ ਮੀਟਿੰਗ ਦਾ ਆਯੋਜਨ ਕੀਤਾ ਗਿਆ, ਸੋ ਕੀ ਕਹਿਣਾ ਚਾਹੋਗੇ ਤੁਸੀਂ, ਕਿਵੇਂ ਦਾ ਜਿਹੜਾ ਹੁੰਗਾਰਾ ਮਿਲ ਰਿਹਾ ਜੀ? ਸਾਡਾ ਸਕੂਲ ਜਿਹੜਾ ਵਾ ਉਹ ਇੱਕ ਵਿਜ਼ਿਟ ਵਾਸਤੇ ਚੁਣਿਆ ਗਿਆ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ,
असं उन्होंने बहुत धन्यवादी हैं कि उन्होंने गोइंदवाल स्कूल को चुनिया। साढ़े स्कूल के रिस्पोंस बहुत वधिया मिल रहा है, पेरेंट्स आ रहे हैं, काफ़ी 70% पेरेंट्स जोड़े हैं वो मिल रहे हैं, बच्चों की कारगुजारी बारे गल कर रहे हैं टीचर्स न, और उन्होंने व्यूज़ के मुताबिक असं उन्होंने भी कर रहे हैं, वो कह रहे हैं कि बहुत अच्छा लग रहा है, बिल्कुल एक प्राइवेट स्कूल तो भी ज़्यादा वधिया स्कूल है और इत्थे साढ़े बच्चे सैटिस्फाई ने। बाकी साढ़े सारे ग्रुप चल रहे हैं स्कूल, साइंस कमर्स आर्ट्स वोकेशन NSQF और बहुत वधिया चल रहे हैं, बच्चे भी काफ़ी मात्रा इत्थे स्टडी कर रहे हैं, तकरीबन 1150 बच्चा ही स्कूल पढ़ रहा है। कोई लड़कियां वास्ते कुछ इतने खास हैगा कुछ जिमें सिलाई कढ़ाई का कुछ इवें का कुछ? हाँ जी हाँ जी, इतने मतलब गारमेंट्स का एक कोर्स चल रहा वोकेशनल, और एक साढ़े को NSQF का हैल्थ केयर का कोर्स चल रहा है, वो स्पैशली गर्ल्स भी आ ज़्यादा लै रही हैं, लेकिन बॉयज़ भी अजकल अवेयर आ, वो भी थोड़े बच्चे जोड़े ना वो हैल्थ केयर का कोर्स कर रहे हैं, जोड़ा कि ये बच्चों मतलब जॉब वास्ते भी प्रैफर किया जाता है इस स्कूल चो।